ਬਹੁਤ ਅੱਛੀ ਕੈਂਪੇਨ ਚੱਲ ਰਹੀ ਹੈ, ਬਹੁਤ ਕਿਰਪਾ ਹੈ ਸੱਚੇ ਪਾਤਸ਼ਾਹ ਦੀ, ਅਤੇ ਮੈਨੂੰ ਵੀ ਬਹੁਤ ਉਤਸੁਕਤਾ ਨਾਲ ਵੇਟ ਹੈ 4 ਜੂਨ ਦੀ। ਮੈਮ, ਅੱਜ ਬਿੱਟੂ ਜੀ ਦਾ ਵਿਰੋਧ ਹੋਇਆ ਹੈਗਾ ਅੱਜ ਡੇਲੋ ਪਿੰਡ ਦੇ ਵਿੱਚ, ਅਤੇ ਉਹਨਾਂ ਦਾ ਬਿਆਨ ਆਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਲਈ ਕੁਛ ਨਹੀਂ ਕੀਤਾ ਹੈਗਾ, ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਇਹ ਤਾਂ ਕਿਸਾਨ ਦੱਸਣਗੇ ਰਮੀਤ ਬਿੱਟੂ ਜੀ ਨੇ, ਮੈਨੂੰ ਕੁਛ ਵੀ ਕਹਿਣ ਦੀ ਲੋੜ ਨਹੀਂ। ਜਦੋਂ ਦਿਨ ਮਾੜੇ ਆ ਜਾਣ ਨਾ, ਉਦੋਂ ਸਭ ਤੋਂ ਪਹਿਲਾਂ ਬੰਦੇ ਦੀ ਨਾ ਮੱਤ ਵੱਜਦੀ ਹੈ, ਤੇ ਜਦੋਂ ਇਸ ਤਰ੍ਹਾਂ ਦਾ ਕੁਛ ਹੋ ਜੇ ਤਾਂ ਫਿਰ ਬੰਦਾ ਸਭ ਤੋਂ ਪਹਿਲਾਂ ਆਪਦੀ ਜ਼ੁਬਾਨ ਚੋਂ ਗਲਤ ਸ਼ਬਦ ਕੱਢਦਾ। ਮੈਂ ਤਾਂ ਬਿੱਟੂ ਬਾਈ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ, ਬਿੱਟੂ ਵੀਰ ਜਦੋਂ ਕੁਛ ਬੋਲਿਆ ਕਰੋ ਤਾਂ ਪਲੀਜ਼ 2 ਵਾਰੀ ਸੋਚਿਆ ਜ਼ਰੂਰ ਕਰੋ, ਕਿਉਂਕਿ ਕਾਂਗਰਸ 3 ਪੁਸ਼ਤਾਂ ਤੁਹਾਡੀ ਆਪਦੀ ਸੀ, ਤੁਹਾਡੇ ਪਰਿਵਾਰ ਦੀ ਆਪਦੀ ਸੀ। ਇਸ ਤਰ੍ਹਾਂ ਦੀ ਗੱਲ ਕਰਨ ਲੱਗਿਆਂ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਇਸ ਤਰ੍ਹਾਂ ਦੀ ਗੱਲ। ਉਹਨੇ ਕਿਸਾਨਾਂ ਨੂੰ ਸੰਬੋਧਨ ਹੁੰਦੇ ਕਿਹਾ ਵੀ ਮੈਂ ਸਵਾ ਸਾਲ ਧਰਨੇ ਤੇ ਬੈਠਾ ਰਿਹਾ, ਕੋਈ ਕਾਂਗਰਸ ਪਾਰਟੀ ਦਾ ਚੀਫ ਮਿਨਿਸਟਰ ਜਾਂ ਕੋਈ ਪ੍ਰਧਾਨ ਕਦੇ ਧਰਨੇ ਤੇ ਨਹੀਂ ਬੈਠਾ, ਪਰ ਫਿਰ ਵੀ ਮੇਰਾ ਵੋਟ ਬੋਲਿਆ, ਵੋਟ ਇਹਦਾ ਰੱਖਣਾ ਚਾਹੀਦਾ। ਅੱਜ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਭਾਜਪਾ ਹੈ। ਸਾਡਾ 700 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ ਅਤੇ ਹੁਣ ਤੱਕ ਦੂਜੇ ਮੋਰਚੇ 'ਚ ਵੀ ਕਿਸਾਨ ਸ਼ਹੀਦ ਹੋ ਚੁੱਕੇ ਹੈ, ਅਤੇ ਪ੍ਰਧਾਨ ਮੰਤਰੀ ਜੀ ਨੇ ਅੱਜ ਤੱਕ ਕਿਸੇ ਦੀ ਸਾਰ ਨਹੀਂ ਲਈ, ਕੋਈ ਬਿਆਨ ਨਹੀਂ ਦਿੱਤਾ, ਕੋਈ ਉਹਨਾਂ 'ਤੇ ਅਸਰ ਨਹੀਂ ਕਿ ਸਾਡੇ ਕਿਸਾਨ ਮੋਰਚੇ 'ਤੇ ਬੈਠੇ ਹੈ। ਅਤੇ ਬਿੱਟੂ ਜੀ ਨੇ ਜਾ ਕੇ ਉਹਨਾਂ ਨਾਲ ਰਲ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹਨਾਂ ਦਾ ਕਿਸੇ ਕਿਸਾਨ ਦੇ ਦੁੱਖ ਦਰਦ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਦਾ ਰਲਣਾ ਹੀ ਇੱਕ ਬਹੁਤ ਵੱਡਾ ਸਬੂਤ ਹੈ, ਕਿਸੇ ਬਿਆਨ ਦੀ ਜ਼ਰੂਰਤ ਨਹੀਂ। 4-5 ਦਿਨ ਤੋਂ ਪ੍ਰਚਾਰ ਕਰ ਰਹੇ ਹਾਂ, ਕੀ ਸਮੱਸਿਆਵਾਂ ਕੀ ਦੱਸ ਰਹੇ ਹੋ, ਕੀ ਦਿੱਕਤ? ਬਹੁਤ ਸਾਰੀਆਂ ਸਮੱਸਿਆਵਾਂ ਹੈ ਮੇਰੇ ਵੀਰ, ਬਹੁਤ ਕੰਮ ਕੀਤਾ ਸਾਡੇ ਇੱਥੋਂ ਦੇ ਕਾਂਗਰਸ MLAs ਨੇ, ਬਹੁਤ ਤਰੱਕੀ ਕਰਾਈ ਹੈ ਲੁਧਿਆਣਾ ਹਲਕੇ ਦੀ, ਪਰ ਮਗਰਲੇ 2 ਸਾਲਾਂ ਦੇ ਵਿੱਚ ਆਪ ਵਾਲਿਆਂ ਨੇ ਕੁਛ ਨਹੀਂ ਕੀਤਾ, ਇਸ ਗੱਲ ਦਾ ਅਫਸੋਸ ਬਹੁਤ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਾਰਟੀ ਲੀਡਰ ਸਹਿਬਾਨ ਬੈਠ ਕੇ ਇਸ 'ਤੇ ਸਟਰੈਟਜੀ ਬਣਾਈ ਜਾਊਗੀ। ਵੇਖੋ, ਮੈਟਰੋ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਇੱਕ ਵੱਡੇ PGI ਏਮਸ ਵਰਗੇ ਇੰਸਟੀਟਿਊਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਇਹ ਸਾਰੇ ਕੰਮ ਰਲ ਕੇ ਕੀਤੇ ਜਾਣਗੇ ਸਮਾਂ ਆਉਣ 'ਤੇ। ਜਸੀ ਕੂੜਾ ਜੀ ਨੇ ਦੁਬਾਰਾ ਕਾਂਗਰਸ ਵਾਪਸ ਜੁਆਇਨ ਕੀਤੀ ਹੈ, ਉਹਨਾਂ ਦੇ ਵਾਪਸ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦੇ ਵਿੱਚ ਵਾਪਸ ਆਉਣ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਉਸ ਚੀਜ਼ ਦਾ ਤੁਹਾਡੇ ਸਪੋਰਟ ਜਿਹੜੀ ਹੈ? ਦੇਖੋ, ਘਰ ਵਾਪਸੀ ਹੋਈ ਹੈ, ਜਿੰਨੀ ਜਲਦੀ ਕੋਈ ਜਾਗ ਜੇ ਓਨਾ ਹੀ ਚੰਗਾ ਹੈ। ਇਹ ਮੈਂ ਤਾਂ ਸਾਰੇ ਲੀਡਰ ਸਾਹਿਬਾਨਾਂ ਨੂੰ ਇਹ ਕਹਿੰਦੀ ਹਾਂ ਕਿ ਕਾਂਗਰਸ ਵਰਗੀ ਕੋਈ ਪਾਰਟੀ ਨਹੀਂ, ਇਹਨਾਂ ਤੋਂ ਇੰਨਾ ਕੁਛ ਲੈ ਕੇ ਜਦੋਂ ਤੁਸੀਂ ਜਾਂਦੇ ਹੋ ਤਾਂ ਆਪਦੀ ਇੱਜ਼ਤ ਨੂੰ ਘਟਾਉਣੀ ਅਤੇ ਫਿਰ ਮੁੜ ਕੇ ਵਾਪਸ ਆਉਂਗੇ, ਇਹ ਬਹੁਤ ਮਾੜੀ ਗੱਲ ਹੈ, ਸ਼ੋਭਾ ਨਹੀਂ ਦਿੰਦਾ ਤੁਹਾਨੂੰ। ਪਰ ਜਿਹੜੇ ਆਏ ਹੈ ਮੈਂ ਉਹਨਾਂ ਨੂੰ ਵੈਲਕਮ ਕਰਦੀ ਹਾਂ, ਅਤੇ ਜਿੰਨੀ ਛੇਤੀ ਆ ਜਾਣ ਓਨਾ ਹੀ ਚੰਗਾ। ਜਿਹੜੇ ਸ਼ਹਿਰ ਦੇ ਵਿੱਚ ਲੋਕੀ ਬਿੱਟੂ ਨੂੰ ਫੇਸ ਨੂੰ ਇੰਨਾ ਪਸੰਦ ਨਹੀਂ ਕਰ ਰਹੇ, ਬਟ ਈਵਨ ਦੈਨ ਉਹ ਜਿਹੜਾ BJP ਨੂੰ ਵੋਟ ਮੋਦੀ ਦੇ ਨਾਮ ਤੇ ਵੋਟ ਪਾਉਣ ਲਈ ਐਗਰੀ ਕਰ ਰਹੇ ਨੇ, ਉਹ ਕਹਿੰਦੇ ਨੇ ਕਿ ਬਿੱਟੂ ਦਾ ਸਾਨੂੰ ਮਿਲਿਆ ਨਹੀਂ, ਦਾ ਸਾਨੂੰ ਦੇਖਿਆ ਹੈਗਾ, ਬਟ ਸਟਿਲ ਦੈਨ ਵੀ ਵਿਲ ਵੋਟ ਫੋਰ ਕਮਲ ਪਟੇਲ। ਬਿੱਟੂ ਵੀ ਆਪਣੇ ਜਿਹੜੇ ਵੀ ਐਡਰੈਸ ਕਰਦੇ ਨੇ ਉਹਦੇ ਵਿੱਚ ਮੋਦੀ ਦੇ ਨਾਮ ਤੇ ਹੀ ਵੋਟ ਮੰਗਦੇ ਨੇ। ਇਹ ਜਿਹੜਾ ਕੰਪੀਟੀਸ਼ਨ ਤੁਸੀਂ ਕੀ ਦੇਖਦੇ ਹੋ ਕਿ ਰਾਜਾ ਵੜਿੰਗ ਵਰਸਸ ਬਿੱਟੂ ਹੈ ਕਿ ਰਾਜਾ ਵੜਿੰਗ ਵਰਸਸ PM ਮੋਦੀ? ਰਾਜਾ ਵੜਿੰਗ ਵਰਸਸ ਨੋ ਵਨ, ਇਟ ਇਜ਼ ਓਨਲੀ ਰਾਜਾ ਵੜਿੰਗ, ਇਟਸ ਓਨਲੀ ਰਾਜਾ ਵੜਿੰਗ, ਕਿਉਂਕਿ ਬਿੱਟੂ ਜੀ ਨੇ ਕੁਛ ਕੀਤਾ ਨਹੀਂ, 10 ਸਾਲ ਕੁਛ ਨਹੀਂ ਕੀਤਾ, ਹੁਣ ਉਹ ਮੋਦੀ ਜੀ ਦਾ ਨਾਮ ਲੈ ਕੇ ਵੋਟ ਮੰਗ ਰਹੇ। ਦੇਖੋ, ਅਸੀਂ ਡੈਮੋਕ੍ਰੈਟਿਕ ਕੰਟਰੀ 'ਚ ਰਹਿੰਦੇ ਹਾਂ, ਮੈਂ ਓਪੋਜੀਸ਼ਨ ਦੀ ਬਹੁਤ ਮਤਲਬ ਓਨੀ ਰਿਸਪੈਕਟ ਕਰਦੀ ਹਾਂ, ਇਸ ਡੈਮੋਕ੍ਰੇਸੀ ਨੂੰ ਜਿਉਂਦਾ ਰੱਖਣ ਵਾਸਤੇ ਸਾਡੀ ਓਪੋਜੀਸ਼ਨ ਜਿਉਂਦੀ ਰਹਿਣੀ ਬਹੁਤ ਜ਼ਰੂਰੀ ਹੈ। ਅਤੇ ਜਿਹੜੀ ਭਾਜਪਾ ਦੀ ਵੋਟ ਹੈ, ਓਬਵੀਅਸਲੀ ਨਾ ਉਹਨਾਂ ਨੇ ਬਿੱਟੂ ਤੋਂ ਕੁਛ ਲੈਣਾ, ਨਾ ਉਹਨਾਂ ਨੇ ਕਿਸੇ ਹੋਰ ਤੋਂ ਲੈਣਾ, ਉਹਨਾਂ ਨੇ ਪਾਰਟੀ ਨੂੰ ਵੋਟ ਪਾਉਣੀ ਹੈ।
ਉਹੀ ਵੋਟ ਪੈਣੀ ਹੈ ਪਾਰਟੀ ਨੂੰ ਜਿਹੜੀ। ਪਰ ਮੈਂ ਇੱਕ ਗੱਲ ਹੋਰ ਦੱਸਾਂ ਇੱਥੇ, ਮੈਨੂੰ ਭਾਜਪਾ ਵਾਲਿਆਂ 'ਤੇ ਤਰਸ ਬਹੁਤ ਆਉਂਦਾ। ਭਾਜਪਾ ਵਾਲਿਆਂ ਦੀ ਆਈਡੀਓਲੋਜੀ ਬਿਲਕੁਲ ਡਿਫਰੈਂਟ ਹੈ। ਬਿੱਟੂ ਜੀ ਨੇ ਸਾਰੀ ਉਮਰ ਇੱਕ ਕਾਂਗਰਸ ਆਈਡੀਓਲੋਜੀ ਫੋਲੋ ਕੀਤੀ ਹੈ। ਉੱਥੇ ਮੈਂ ਸੋਚ ਰਹੀ ਹਾਂ ਕਿ ਆਰਐਸਐਸ ਵਾਲਿਆਂ ਦਾ ਕੀ ਹਾਲ ਹੁੰਦਾ ਹੋਊਗਾ ਜਦੋਂ ਭੱਜ ਭੱਜ ਕੇ ਦੂਜੀਆਂ ਪਾਰਟੀਆਂ 'ਚੋਂ ਲੋਕ ਰਲਾ ਕੇ ਅਤੇ ਉਹਨਾਂ ਦੇ ਸਿਰ 'ਤੇ ਬਿਠਾ ਦਿੱਤੇ ਜਾਂਦੇ ਹੈ, ਟਿਕਟਾਂ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ, ਅਤੇ ਜਿਨ੍ਹਾਂ ਨੇ ਸਾਰੀ ਉਮਰ ਆਰਐਸਐਸ 'ਚ ਕੰਮ ਕੀਤਾ ਹੁੰਦਾ, ਭਾਜਪਾ 'ਚ ਕੰਮ ਕੀਤਾ ਹੁੰਦਾ, ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਮੈਨੂੰ ਤਾਂ ਉਹਨਾਂ 'ਤੇ ਵੀ ਬਹੁਤ ਤਰਸ ਆਉਂਦਾ। ਥੈਂਕ ਯੂ। ਤੁਹਾਨੂੰ ਰੋਜ਼ ਇੱਕ ਨਵੀਂ ਇਨਫੋਰਮੇਸ਼ਨ ਮਿਲਦੀ ਰਹੂਗੀ, ਤੁਸੀਂ ਵੇਟ ਕਰਿਆ ਕਰੋ, ਇੰਨੇ ਉਤਾਵਲੇ ਨਾ ਹੋਇਆ ਕਰੋ। ਥੈਂਕ ਯੂ ਵੈਰੀ ਮੱਚ।